तरन तरन के नगर कौंसल के बाहर उस समय हाहाकार मच गई जदों स्थानक मुरादपुर के लोग इकट्ठे होकर नगर कौंसल तरन तरन का दरवाजा बंद कर दिता। आम आदमी पार्टी की सरकार अते नगर कौंसल अधिकारी कर्मचारी के खिलाफ जम के रोस प्रदर्शन किया गया। इस मौके पर जानकारी दिंदिया उन्हां दा कहना है कि पिछले 7 महीनों तो मुरादपुर दियां गलियां विच गंदा पानी जमा होया है जिसकी साफ सफाई लई कई बार नगर कौंसल के अधिकारियों के ध्यान विच लैंदा है पर किसी भी नगर कौंसल के अधिकारी ने मुरादपुर च जमा पानी नूं किसी पासे लाउण दी बजाय अखां ते पट्टी बन के बैठे हैं। इत्थों दे लोक घातक बीमारियों का शिकार हो रहे हैं। ਇਹ ਗੰਦਾ ਪਾਣੀ ਸਾਡੇ ਘਰਾਂ ਵਿੱਚ ਦਾਖਲ ਹੋ ਰਿਹਾ ਹੈ ਇਸ ਲਈ ਅਸੀਂ ਇਕੱਠੇ ਹੋ ਕੇ ਨਗਰ ਕੌਂਸਲ ਤਰਨ ਤਰਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਤਾਂ ਉਹਨਾਂ ਨੇ ਗੱਲਬਾਤ ਕਰਨ ਦੀ ਬਜਾਏ ਸਾਡੇ ਨਾਲ ਦੁਰਵਿਵਹਾਰ ਕੀਤਾ ਹੈ ਜਿਸ ਦੇ ਰੋਸ ਵਜੋਂ ਅੱਜ ਅਸੀਂ ਨਗਰ ਕੌਂਸਲ ਤਰਨ ਤਰਨ ਦਾ ਗੇਟ ਬੰਦ ਕਰਕੇ ਉਹਨਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜੇਕਰ ਜਮ੍ਹਾਂ ਪਾਣੀ ਦਾ ਹੱਲ ਨਹੀਂ ਕੀਤਾ ਗਿਆ ਤਾਂ ਉਹ ਸੰਘਰਸ਼ ਹੋਰ ਤਿੱਖਾ ਕਰਨਗੇ। ਪ੍ਰਧਾਨ ਜੀ ਅੱਜ ਨਗਰ ਕੌਂਸਲ ਦਾ ਬੂਹਾ ਘੇਰਿਆ ਤੁਸੀਂ ਕੀ ਗੱਲ ਹੋਈ ਆ ਜੀ ਅੱਜ? ਇਹ ਪਾਣੀ ਦਾ ਮਸਲਾ ਜੀ ਮੁਰਾਦਪੁਰ ਜੋ ਗੰਦਾ ਪਾਣੀ ਆ ਨਾਲੀਆਂ ਦੇ ਵਿੱਚ ਤੁਰਿਆ ਫਿਰਦਾ ਜੀ ਔਰ ਕਿਸੇ ਪਾਸੇ ਕੋਈ ਰਾਹ ਨਹੀਂ ਹੈਗਾ ਲੰਘਣ ਵਾਸਤੇ ਗਲੀਆਂ ਨਾਲੀਆਂ ਦੇ ਵਿੱਚ ਔਰ ਸਾਡੇ ਬੱਚੇ ਸਾਡੇ ਲੋਕ ਬਿਮਾਰ ਹੋ ਰਹੇ ਆ ਔਰ ਇਹਦੇ ਸੰਬੰਧ ਦੇ ਵਿੱਚ ਪੂਰੇ ਪ੍ਰਸ਼ਾਸਨ ਨੂੰ ਔਰ ਪੂਰੇ ਨਗਰ ਕੌਂਸਲ ਨੂੰ ਔਰ ਪੂਰੇ ਲੀਡਰਾਂ ਨੂੰ ਇਸ ਚੀਜ਼ ਬਾਰੇ ਪਤਾ ਵਾ ਪਰ ਸਭ ਕੁਝ ਜਾਣਦੇ ਹੋਏ ਵੀ ਅੱਖਾਂ 'ਤੇ ਪੱਟੀ ਬੰਨੀ ਹੈ ਇਸ ਕਰਕੇ ਉਹ ਪੱਟੀ ਖੋਲ੍ਹਣ ਵਾਸਤੇ ਆਪਾਂ ਇੱਥੇ ਬੈਠੇ ਹਾਂ ਜੀ। ਇਸ ਇੱਥੋਂ ਦੇ MLA ਨੂੰ ਜਾਂ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਨੂੰ ਵੱਡੇ ਨੂੰ ਤੁਸੀਂ ਜਾਣੂ ਕਰਾਇਆ ਜੀ? ਦੇਖੋ ਜੀ ਅਸੀਂ ਜੋ ਐਜ ਏ ਜੋ ਪ੍ਰੋਸੈਸ ਹੈ ਉਹਦੇ ਅਕੋਰਡਿੰਗ ਆਪਾਂ ਚੱਲ ਰਹੇ ਹਾਂ। ਫਿਲਹਾਲ ਆਪਾਂ ਨਗਰ ਕੌਂਸਲ ਦੇ ਅੰਦਰ ਆਏ ਹਾਂ ਔਰ EO ਸਾਹਿਬ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਲੇਕਿਨ EO ਸਾਹਿਬ ਮੌਜੂਦ ਨਹੀਂ ਹੈਗੇ। ਉਹਨਾਂ ਦੇ ਕੁਝ ਮੁਲਾਜ਼ਮ ਸੀ ਔਰ ਉਹ ਉਹਨਾਂ ਨਾਲ ਉਹਨਾਂ ਨੇ ਸਾਡੇ ਨਾਲ ਮਤਲਬ ਕਿ ਸਾਡੀ ਗੱਲ ਸੁਣ ਤੋਂ ਬਲਾਦਾ ਸਾਡੇ ਨਾਲ ਬਦਤਮੀਜ਼ੀ ਕੀਤੀ ਔਰ ਉਸ ਤੋਂ ਬਾਅਦ ਉਹ ਰਫੂ ਚੱਕਰ ਹੋ ਗਏ ਸਾਨੂੰ ਹਾਲੇ ਤੱਕ ਨਜ਼ਰ ਨਹੀਂ ਆਏ। ਤੇ ਤੁਸੀਂ MLA ਨੂੰ ਇਸ ਪ੍ਰਤੀ ਮਿਲੇ ਜੇ ਐਡੀ ਵੱਡੀ ਦੁਵਿਧਾ ਤੁਹਾਨੂੰ ਸੀਵਰੇਜ ਦੀ ਆਈ ਆ ਉਹਦੇ ਪ੍ਰਤੀ ਤੁਸੀਂ MLA ਨੂੰ ਮਿਲੇ ਜੇ? ਬੜੀਆਂ ਕੰਪਲੇਂਟਾਂ ਕੀਆਂ, ਬਹੁਤ ਕੰਪਲੇਂਟਾਂ ਕੀਆਂ ਜੀ ਉਹਨਾਂ ਨੂੰ ਪਰ ਕੋਈ ਕਿਸੇ ਤਰ੍ਹਾਂ ਦੀ ਕੋਈ ਗੱਲਬਾਤ ਕੋਈ ਸਿੱਟਾ ਨਹੀਂ ਨਿਕਲਿਆ ਜੀ। ਔਰ ਇਹ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜੇ ਮਤਲਬ ਕਿ ਜੋ ਸੜਕਾਂ ਨਾਲੀਆਂ ਦੇ ਪਾਣੀ ਖੜਿਆ ਇਹਦੇ ਜ਼ਿੰਮੇਵਾਰ ਸਾਡੀਆਂ ਸਰਕਾਰਾਂ ਵੀ ਹੈਗੀਆਂ ਸਾਡੇ ਲੀਡਰ ਵੀ ਹੈਗੇ ਆ। ਜੇ MLA ਚਾਹੇ ਕਿ ਸਾਡੀਆਂ ਨਲੀਆਂ ਗਾਲੀਆਂ 'ਚ ਪਾਣੀ ਖਲੋ ਸਕਦਾ, ਬਿਲਕੁਲ ਨਹੀਂ ਖਲੋਵੇਗਾ। EO ਦੀ ਕੀ ਹਿੰਮਤ ਹੈ ਕਿ ਪਾਣੀ ਗਲੀਆਂ 'ਚ ਨਾਲੀਆਂ ਖਲੋ ਜੇ? ਇਸ ਕਰਕੇ ਇਹ ਸਾਰੇ ਜ਼ਿੰਮੇਵਾਰ ਸਰਕਾਰਾਂ ਵਾ ਔਰ ਉਹਨਾਂ ਦੀ ਬਲਦੌਲਤੀ ਸਾਨੂੰ ਇਹ ਸਾਰਾ ਕੁਝ ਝੱਲਣਾ ਪੈ ਰਿਹਾ। ਇਸ ਕਰਕੇ ਮੈਂ ਫਿਰ ਦੁਬਾਰਾ ਇਹੋ ਮੰਗ ਕਰਦਾ ਕਿ ਇਹਨਾਂ ਨੂੰ ਪਾਣੀ ਨੂੰ ਜਲਦੀ ਤੋਂ ਜਲਦੀ ਸਾਡਾ ਮਸਲਾ ਹੱਲ ਕੀਤਾ ਜਾਵੇ। ਅਗਰ ਇਹ ਸਾਡਾ ਪਾਣੀ ਦਾ ਮਸਲਾ ਨਹੀਂ ਹੱਲ ਹੋਵੇਗਾ ਤੇ ਅਸੀਂ MLA ਸਾਹਿਬ ਦੀ ਕੋਠੀ ਦਾ ਵੀ ਘਿਰਾਓ ਕਰਾਂਗੇ। ਸਾਨੂੰ ਕਿਸੇ ਦਾ ਕੋਈ ਡਰ ਪੈ ਨਹੀਂ ਹੈਗਾ। ਮਤਲਬ ਸਾਹਿਬ ਆਮ ਆਦਮੀ ਪਾਰਟੀ ਨੂੰ ਮੰਨਦੇ ਹੋ ਤੇ ਅੱਜ ਨਗਰ ਕੌਂਸਲ ਬਾਹਰ ਮੁਰਾਪਰੇ ਦੇ ਵਾਸੀ ਰਹੇ ਆ, ਦੁਖੀ ਹੋ ਕੇ ਬੈਠੇ ਨੇ, ਬੂਹੇ ਮਾਰੇ ਨੇ, ਕੀ ਕਹਿਣਾ ਚਾਹੋਗੇ, ਕਦੋਂ ਇਹਨਾਂ ਦੀ ਮੁਸ਼ਕਲ ਹੱਲ ਕੀਤੀ ਜਾਣੀ ਹੈ? ਦੇਖੋ ਜੀ ਮੈਂ ਤੇ ਅਜੇ ਹੁਣੇ ਹੀ ਆਇਆ, ਮੈਨੂੰ ਨਹੀਂ ਪਤਾ ਵੀ ਇਹਨਾਂ ਨੇ ਬੂਹੇ ਕਿਹੜੀ ਗੱਲੋਂ ਮਾਰੇ ਆ ਤੇ ਕਿਉਂ ਮਾਰੇ ਆ। ਮੁਰਾਦਪੁਰੇ ਦੇ ਕੱਲ੍ਹ ਵੀ ਮੇਰੇ ਕੋਲ ਬੰਦੇ ਆਏ ਸੀ, ਕੱਲ੍ਹ ਮੈਂ ਉਹਨਾਂ ਨੂੰ ਭਰੋਸਾ ਦਵਾਇਆ ਸੀ ਵੀ ਕੱਲ੍ਹ ਨੂੰ ਜਿਹੜਾ ਸੀਵਰੇਜ ਤੇ ਇਹਨਾਂ ਨੂੰ ਪਤਾ 10-20 ਸਾਲ ਤੋਂ ਵੈਸੇ ਹੀ ਇਹਨਾਂ ਦਾ ਨੀਵਾਂ ਇਸੇ ਤਰ੍ਹਾਂ ਹੀ ਚੱਲਣ ਡਿਆ ਸੀ ਤੇ ਉਹਦਾ ਪੱਕਾ ਕੋਈ ਬੰਦੋਬਸਤ ਜਿਹੜਾ ਉਹ ਲੱਭਣ ਡਏ ਆ ਵੀ ਇਹਨਾਂ ਦਾ ਪੱਕਾ ਕੋਈ ਬੰਦੋਬਸਤ ਹੋ ਜਾਵੇ, ਕੋਈ ਟਿਊਬਵੈਲ ਲੱਗ ਕੇ ਪਾਣੀ ਗਾਲੀ ਸੁੱਟਿਆ ਜਾਵੇ ਜਾਂ ਜਿਸ ਤਰ੍ਹਾਂ ਵੀ ਇਹਨਾਂ ਦਾ ਮਸਲਾ ਹੱਲ ਹੋ ਸਕਦਾ ਵਾ ਉਹ ਉਸ ਤਰ੍ਹਾਂ ਅਸੀਂ ਤੇ ਕਰ ਨੂੰ ਭੱਜੇ ਫਿਰਦੇ ਹਾਂ। ਅੱਜ ਮੈਂ ਤਾਂ ਹੁਣੇ ਹੀ ਵੇਖਿਆ ਵੀ ਇਹ ਧਰਨਾ ਲਾ ਕੇ ਬੈਠੇ ਆ। ਵੇਖੋ ਵਿਸ਼ਵਾਸ ਤੇ ਇਹਨਾਂ ਨੂੰ ਮੈਂ ਕੱਲ੍ਹ ਵੀ ਦਵਾਇਆ ਸੀ ਤੇ ਅੱਜ ਫੇਰ ਦਵਾ ਦਿੰਦੇ ਹਾਂ ਵਿਸ਼ਵਾਸ ਵੀ ਜਿਹੜਾ ਸੀਵਰੇਜ ਆ ਇਹਨਾਂ ਦਾ ਜੇ ਇਹ ਕਹਿਣਗੇ ਵੀ ਹੁਣੇ ਸ਼ਾਮਾਂ ਨੂੰ ਉੱਥੇ ਟਿਊਬਵੈਲ ਲੱਗ ਜੇ ਕਿਤਰਾ ਲੱਗ ਜੂ, ਇਸ ਤਰ੍ਹਾਂ ਨਹੀਂ ਹੁੰਦਾ। ਆਖਿਰ ਕੋਈ ਨਾ ਕੋਈ ਨਗਰ ਕੌਂਸਲ ਕੋਲ ਸਹੂਲਤਾਂ ਨਹੀਂ ਹੈਗੀਆਂ, ਟਿਊਬਵੈਲ ਲਾਉਂਦੀਆਂ ਜਾਂ ਕਰਮਚਾਰੀ ਨਹੀਂ ਹੈਗੇ? ਨਹੀਂ ਨਹੀਂ ਸਾਰਾ ਕੁਛ ਹੈਗਾ ਵਾ, ਹੈਗਾ ਕਿ ਉਹਨੀ ਕਾ ਸਫਾਈ ਹੁੰਦੀ ਆ ਮੁਰਾਦਪੁਰੇ ਦੇ ਵਿੱਚ। ਮੈਂ ਇਹਨਾਂ ਸਾਰਿਆਂ ਨੂੰ ਪਤਾ ਵਾ ਮੈਂ ਪਿਛਲੇ ਸਮੇਂ ਦੇ ਵਿੱਚ 12 ਬੰਦੇ ਪੱਕੇ ਉੱਥੇ ਲਾਤੇ ਸੀ ਮੁਰਾਦਪੁਰੇ 'ਚ ਤੇ ਬਾਕੀ ਜਿਹੜੇ 10-12 ਬੰਦੇ ਮੈਂ ਸਾਰੇ ਸ਼ਹਿਰ ਲਈ ਰੱਖੇ। ਠੀਕ ਹੈ, ਮੁਰਾਦਪੁਰਾ ਜਿਹੜਾ ਵਾ ਚੱਲਦਾ ਨੀਵਾਂ ਹੋਣ ਦੇ ਕਾਰਨ, ਮੁਰਾਦਪੁਰਾ ਜਿਹੜਾ ਵਾ ਇਹਦਾ ਸੀਵਰੇਜ ਕਾਫੀ ਨੀਵਾਂ ਵਾ, ਨੀਵੇਂ ਹੋਣ ਦਾ ਕਾਰਨ ਹੀ ਉਹ ਇਹ ਮੁਸ਼ਕਲ ਹੁੰਦਾ ਹੀ ਆ। ਇਹ ਲੱਗਦਾ ਪਿਛਲੇ ਸਰਕਾਰ ਦੀਆਂ ਜਿਹੜੀਆਂ ਨਲੈਕੀਆਂ ਵਾ ਜਿਹਦੇ ਕਰਕੇ ਸੀਵਰੇਜ ਜਿਹੜੇ ਛੋਟੇ ਪਾਏ ਗਏ ਆ ਜਾਂ ਕੋਈ ਹੇਠਾਂ ਹੋਈ ਆ। ਵੇਖੋ ਮੇਰੀ ਗੱਲ ਸੁਣੋ, ਇਹ ਤਾਂ ਮੇਰੇ ਆ ਸਾਰੇ ਵੀਰ ਖਲੋਤੇ ਇਹਨਾਂ ਨੂੰ ਵੀ ਪਤਾ ਜਿਸ ਤਰ੍ਹਾਂ ਇਹ ਸੀਵਰੇਜ ਪਿਆ, ਇਹ ਕਿਸੇ ਇੰਜੀਨੀਅਰ ਨੇ ਨਹੀਂ ਪਾਇਆ, ਪਿਛਲੀਆਂ ਸਰਕਾਰਾਂ ਨੇ ਬੇਧੜਕ ਜਿਹੇ ਹੀ ਹੋ ਕੇ ਆਪਣੀ ਮਰਜ਼ੀ ਦੇ ਨਾਲ ਜਿੱਥੇ ਪਏ ਪਏ ਪਾਤੇ ਆ ਉਹ ਸੀਵਰੇਜ ਗਲਤ ਪਿਆ ਵਾ।
ਇਹਦਾ ਕੋਈ ਨਾ ਕੋਈ ਅਸੀਂ ਹੱਲ ਕੱਢਾਂਗੇ। ਯਾਨੀ ਕਿ ਕਹਿ ਸਕਦੇ ਜੀ ਪਿਛਲੀ ਸਰਕਾਰ ਦੀ ਨਲਾਇਕੀ ਕਰਕੇ ਇਹਦਾ ਮੁਰਾਦਪੁਰ ਵਾਸੀਆਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ। ਵੇਖੋ ਜੀ ਜਿਹੜੀ ਪਿਛਲੀਆਂ ਸਰਕਾਰਾਂ ਦਾ ਜੋ ਵੀ ਦੇਣ ਆ ਇਹ ਪਿਛਲੀਆਂ ਸਰਕਾਰਾਂ ਦੀ ਆ, ਇਹਨਾਂ ਮੇਰੇ ਭਰਾਵਾਂ ਨੂੰ ਵੀ ਪਤਾ ਸਾਰਿਆਂ ਨੂੰ ਵੀ ਉਹਨਾਂ ਦੀ ਹੀ ਇਹ ਦੇਣ ਆ। ਅਸੀਂ ਤਾਂ ਇਹਦਾ ਸੁਧਾਰ ਕਰਨ ਦੇ ਹਾਂ, ਸਪੈਸ਼ਲ ਬੰਦੇ ਲਾਏ ਆ, ਆਪਣੇ ਵਲੰਟੀਅਰ ਵੀ ਕੱਲ੍ਹ ਪਰਸੋਂ ਇੱਕ ਦੋ ਹੋਰ ਲਾਤੇ ਆ ਵੀ ਇਹਨਾਂ ਦਾ ਧਿਆਨ ਰੱਖੋ ਅਤੇ ਸੀਵਰੇਜ ਜਿਹੜਾ ਮੁਰਾਦਪੁਰ ਇਹਦਾ ਖਾਸ ਕਰਕੇ ਆ ਇਹ ਪਹਿਲ ਦੇ ਆਧਾਰ 'ਤੇ ਚਲਾਓ। जो भी किया गैर कानूनी किया जी, ये दफ्तर आए ने ते दफ्तर आके साडे सेंट्रल इंस्पैक्टर शमशेर सिंह जी आना आके जिहड़ी बदकरामी उन्होंने तू तू करके बोलन लग पे ने। उन्होंने कहा भी तुम बैठो की गल हैगी कहते ने भी ईओ साहब का रूम कहड़ा, तो उन्होंने कहा भी ईओ साहब का रूम आए तो कहते भी मेरे तू तू करके ना गल करो, बस इन्नी गल हुई है। उन्होंने कहा तुम काम दसो जोड़ा है तो इन्ना ही आ, बस ईओ मुरादाबाद नगर कौंसल मुरादाबाद ये कर लग पे तुम काम नहीं करते, साडा तू साडा काम नहीं करता, तू साडा काम नहीं, तुम नहीं कहा तू कहते रहे। ਪਰ ਮੁਰਾਦਪੁਰ ਵਾਸੀ ਕਹਿੰਦੇ ਵੀ ਸਾਨੂੰ ਧਮਕੇ ਦਿੱਤੇ ਕਿ ਭਾਈ ਪਰਚੇ ਦਰਜ ਕਰਾਵਾਂਗੇ, ਸਾਨੂੰ ਧੱਕੇ ਮਾਰ ਕੇ ਬਾਹਰ ਕੱਢਿਆ, ਫਿਰ ਜਾ ਕੇ ਅਸੀਂ ਬਾਹਰ ਧਰਨਾ ਲਾਇਆ। ਕੋਈ ਕਿਸੇ ਕਿਸਮ ਦਾ ਧੱਕਾ ਨਹੀਂ ਮਾਰਿਆ, ਕੋਈ ਵੀ ਕਿਸੇ ਕਿਸਮ ਦੀ ਕੋਈ ਵੀਡੀਓ ਦਿਖਾ ਦੇਣ, ਆਹ ਮੁਲਾਜ਼ਮ ਸਾਰੇ ਤੁਹਾਡੇ ਕੋਲ ਖਲੋਤੇ ਸੀ ਉਸ ਟਾਈਮ 'ਤੇ, ਸਾਰੇ ਕਲੋਜ਼ ਕੋਲ ਸੀ, ਕੋਈ ਧੱਕਾ ਨਹੀਂ, ਕੋਈ ਰੀਜ਼ਨ ਨਹੀਂ, ਆਪੇ ਆਏ ਆ, ਆਪੇ ਚੜ ਗਏ ਬਾਹਰ, ਆਪੇ ਆੜ ਕੇ ਬਾਹਰ ਬਹਿ ਗਏ। ਅਤੇ ਬਾਹਰ ਹੁਣ ਜੇ ਤੁਸੀਂ ਜਾਣਾ ਹੋਏ ਆਉਣਾ ਹੋਵੇ ਤਾਂ ਕੋਈ ਤੁਹਾਨੂੰ ਮੁਸ਼ਕਿਲ? ਇਹਨਾਂ ਨੇ ਬਹੁਤ ਜਿਹੜੀ ਆ ਆਪਣੀ ਜਿਹੜੀ ਆ ਮੁਸ਼ਕਿਲ ਪੈਦਾ ਕੀਤੀ ਆ, ਜਿਹੜੀ ਸਰਕਾਰੀ ਕੰਮ ਦੇ ਵਿੱਚ ਰੁਕਾਵਟ ਪਾਈ ਆ ਅਤੇ ਜਿਹੜੀ ਕਿ ਗੈਰ ਕਾਨੂੰਨੀ ਆ ਇਹ ਨਹੀਂ ਹੋਣੀ ਚਾਹੀਦੀ। रवन कुमार जी ये थाने गए ने इस बाबत भी इन्होंने जो गैर कानूनी काम किया वा ते दफ्तर आके जिहड़ी आ हुल्लड़बाजी मचाई है।